ਆ ਦੇਖੋ ਫਟ ਗਈ ਧਰਤੀ, ਮੰਦਿਰ ਦੇ ਕੋਲ ਪੈ ਗਿਆ ਵੱਡਾ ਪਹਾੜ। 18 ਤੋਂ 20 ਫੁੱਟ ਤੱਕ ਧਸੀ ਜ਼ਮੀਨ, ਮੰਦਿਰ ਨੂੰ ਹੋ ਸਕਦਾ ਸੀ ਵੱਡਾ ਨੁਕਸਾਨ। ਬਟਾਲਾ ਦਾ ਪੁਰਾਤਨ ਸ਼ਹਿਰ, ਜੇ ਅੰਦਰੂਨ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸਿਕ ਸ਼ਹਿਰ ਹੈ ਔਰ ਬਹੁਤ ਛੋਟੀਆਂ ਛੋਟੀਆਂ ਗਲੀਆਂ ਨੇ, ਔਰ ਪੁਰਾਣੇ ਸ਼ਹਿਰ ਦੇ ਅੰਦਰ ਅਸੀਂ ਖੜ੍ਹੇ ਹਾਂ ਜਿੱਥੇ ਕੁਦਰਤ ਦਾ ਇੱਕ ਵਿਲੱਖਣ ਰੰਗ ਦੇਖਣ ਨੂੰ ਮਿਲਿਆ ਕਿ ਮੰਦਿਰ ਹੈ, ਮੰਦਿਰ ਦੇ ਨਾਲ ਲੱਗਦੇ ਪੁਰਾਣੇ ਘਰ ਨੇ, ਔਰ ਤਸਵੀਰ ਦੇਖ ਲਵੋ ਕਿ ਯਕਦਮ ਧਰਤੀ ਬੈਠ ਗਈ ਹੈ, ਔਰ ਧਰਤੀ ਵੀ ਕਰੀਬ ਕਰੀਬ 18 ਤੋਂ 20 ਫੁੱਟ ਬੈਠ ਗਈ ਹੈ, ਔਰ ਲੰਬਾਈ ਦੀ ਗੱਲ ਕਰੀਏ ਤਾਂ ਇਸਦਾ ਅੰਦਾਜ਼ਾ ਲਗਾਉਣਾ ਹੀ ਮੁਸ਼ਕਲ ਆ ਕਿ ਲੰਬਾਈ ਕਿੰਨੀ ਕੁ ਹੋ ਸਕਦੀ, ਕਿਉਂਕਿ ਥੱਲੇ ਦੇਖਣਾ ਜਾਂ ਥੱਲੇ ਜਾਣਾ ਖਤਰੇ ਤੋਂ ਖਾਲੀ ਨਹੀਂ। ਕੇਵਲ ਮੰਦਿਰ ਹੀ ਖਤਰੇ 'ਚ ਨਹੀਂ, ਸਗੋਂ ਨਾਲ ਲੱਗਦੇ ਘਰ ਦੀਆਂ ਨੀਂਹਾਂ ਵੀ ਬੈਠ ਗਈਆਂ ਨੇ, ਔਰ ਇਸ ਦੇ ਨਾਲ ਨਾਲ ਤਸਵੀਰ ਹੈ ਕਿ ਘਰ ਵੀ ਜਿਹੜਾ ਖਤਰੇ ਤੋਂ ਖਾਲੀ ਨਹੀਂ। ਗੱਲਬਾਤ ਕਰ ਲਓ ਕਿ ਆਖਿਰ ਇਹ ਹਾਲਾਤ ਬਣੇ ਕਿੱਦਾਂ, ਪੜੇ ਜੀ ਇਹ ਹਾਲਾਤ ਕਿੱਦਾਂ ਬਣੇ? ਹਾਲਾਤ ਦੇਖੋ ਜੀ, ਆਰਾ ਜੀ ਪੂਜਾ ਉਧਰ ਹੋਤਾ ਥਾ, ਆਗੇ ਇਧਰ ਪਤਾ ਕੁਛ ਨਹੀਂ ਲੱਗਤਾ ਥਾ। ਸਵੇਰ 10 ਵਜੇ ਕਿਸੀ ਨੇ ਦੇਖਾ, ਮੁਹੱਲੇ ਵਾਸੀਓ ਨੇ, ਕਿਸੀ ਨੇ 5-6 ਘਰ ਇਧਰ ਰਹਤੇ ਹੈ ਤੋ ਉਹਨੇ ਦੇਖ ਕੇ ਬਤਾਇਆ, ਤੋ ਫਿਰ ਹਮ ਆਗੇ ਪ੍ਰੋਸੈਸ ਚਾਲੇ ਕਿ ਇਧਰ ਉਧਰ ਕੀ ਹੈ ਕਿ ਕੈਸੇ ਇਹ ਹੁਆ, ਤੋ ਦੇਖਨੇ ਮੈਂ ਐਸੇ ਲੱਗਤਾ ਕਿ ਉਹ ਮਿੱਟੀ ਸਾਰਾ ਕਹਾਂ ਚਲਾ ਗਿਆ, ਉਹ ਸਿਰਫ ਖੂਹ ਕੇ ਉੱਪਰ ਮੰਦਿਰ ਟਿਕਾ ਹੁਆ ਹੈ। ਇਹ ਤੋ ਪਰਮਾਤਮਾ ਕਾ ਹੀ ਕਿਰਪਾ ਹੈ, ਪਰਮਾਤਮਾ ਕਾ ਹੀ ਦੇਨ ਹੈ। ਇਹ ਬਹੁਤ ਪ੍ਰਾਚੀਨ ਮੰਦਿਰ ਹੈ, 1990 ਮੈਂ ਇਹ ਮੰਦਿਰ ਬਣਾ ਥਾ, ਤੋ ਇਹ ਮੰਦਿਰ ਕੀ ਬੜੀ ਕਿਰਪਾ ਹੈ, ਬੜੀ ਮਹਿਮ ਹੈ। ਯਹਾਂ ਮੈਨੇ 15-16 ਸਾਲ ਸੇਵਾ ਕੀ, ਅਤੇ ਮੰਦਿਰ ਕੀ ਬਹੁਤ ਕਿਰਪਾ ਹੈ, ਬਹੁਤ ਸ਼ਕਤੀ ਹੈ, ਤੋ ਉਹ ਸ਼ਕਤੀ ਨਾਲੇ ਇਹ ਸਭ ਟਿਕਾ ਹੁਆ ਹੈ, ਔਰ ਮੰਦਿਰ ਇਹ ਸਭ ਜੋ ਚੱਲ ਰਿਹਾ ਅਭੀ ਮਹੱਲਾ ਨਿਵਾਸੀ ਵੀ ਮੌਜੂਦ ਆ। ਕੀ ਲੱਗਦਾ ਜੀ ਕਿੰਨੀ ਕੁ ਡੂੰਗੀ ਚਲੀ ਗਈ ਧਰਤੀ, ਔਰ ਇੱਕ ਬੜਾ ਅਜੀਬੋ ਗਰੀਬ ਜਿਹਾ ਮਾਮਲਾ ਦੇਖਣ ਨੂੰ ਮਿਲਿਆ? ਤਾਂ ਜੀ 20 ਫੁੱਟ ਤਾਂ ਮੈਨੂੰ ਜੋ ਲੱਗਦਾ, ਬਾਕੀ ਤਾਂ ਹੁਣ ਥੋੜ੍ਹੀ ਜਿਹੀ ਗਲੀ ਹੋਰ ਟੁੱਟੇਗੀ ਤਾਂ ਪਤਾ ਲੱਗਣਾ, ਔਰ ਗਲੀ ਪੋਲੀ ਕਿੱਥੋਂ ਤੱਕ ਹੈ, ਇਹ ਕਿੱਥੋਂ ਤੱਕ ਲੰਬਾਈ ਕਿੰਨੀ ਕੁ ਹੋ ਸਕਦੀ, ਇਹਦਾ ਕੋਈ ਅੰਦਾਜ਼ਾ ਲਗਾ ਹੀ ਨਹੀਂ ਸਕਦੇ ਅਸੀਂ। ਹੁਣ ਤੁਸੀਂ ਦੇਖੋ ਨਾ, ਇੱਥੋਂ ਤੋੜੀ ਹੈ ਆਹ ਜਗ੍ਹਾ ਜਿਹੜੀ ਅੱਗੇ ਗਲੀ ਨੂੰ ਆਉਂਦੇ ਹਾਂ, ਅਤੇ ਹੋ ਸਕਦਾ ਵਾ ਕਿੰਨੀ ਕੁ ਪੋਲੀ ਧੱਸੀ ਦੀ ਨਿਕਲਦੀ ਹੈ, ਜੇ ਇੱਕ ਜੇ ਆਪਾਂ ਗਲੀ ਤੋਂ ਬਾਹਰ ਜਾਂਦੇ ਹਾਂ ਤਾਂ ਹੋ ਸਕਦਾ ਉਹ ਸਾਹਮਣੇ ਮਕਾਨ ਤੱਕ ਵੀ ਧੱਸੀ ਨਿਕਲੇ। ਜਿਹੜਾ ਘਰ ਵਾ ਅਤੇ ਇਹਦੇ ਘਰ ਦੀਆਂ ਨੀਹਾਂ ਵੀ ਥੱਲੇ ਦੇਖ ਰਹੇ ਸੀ ਕਿ ਬਿਲਕੁਲ ਥੱਲੇ ਖਾਲੀ ਹੋ ਗਈਆਂ। ਬਿਲਕੁਲ ਜੀ ਬਿਲਕੁਲ, ਤੁਹਾਡੇ ਸਾਹਮਣੇ ਹੀ ਹੈ, ਸਾਡੀ ਤਾਂ ਸਮਝੋ ਬਾਅਦ 'ਚ, ਲੇਕਿਨ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ, ਉਹ ਸਾਡੀ ਰੱਖਿਆ ਕਰਨੀ ਚਾਹੀਦੀ ਹੈ, ਮਹੱਲਾ ਨਿਵਾਸੀਆਂ ਦੀ ਜਾਨ ਖਤਰੇ 'ਚ ਹੈ, ਇਹਨੂੰ ਆ ਕੇ ਇਹਨੂੰ ਦੇਖਣ, ਇਹਦਾ ਇਮੀਡੀਏਟਲੀ ਇਹਦਾ ਐਕਸ਼ਨ ਲੈ ਕੇ ਅਤੇ ਇਹਨੂੰ ਪੂਰਾ ਕਰਨ। ਕੀ ਸਮਝਦੇ ਕਿੰਨੇ ਘਰ ਜਾਂ ਕਿੰਨੇ ਲੋਕ ਇਸ ਦੇ ਵਿੱਚ ਖਤਰੇ 'ਚ? ਨਿਤਿਨ ਜੀ ਸਾਡੇ ਇੱਥੇ 5-8-10 ਘਰ ਨੇ, ਸਾਡੇ 10 ਲੋਕ 10 ਘਰ ਇਹ ਨੇ। ਦੂਸਰੀ ਗੱਲ ਮੈਨੂੰ ਇਹ ਲੱਗਦਾ ਕਿ ਜਦੋਂ ਆਪਾਂ ਇਹਨੂੰ ਛੇੜਾਂਗੇ ਗਲੀ ਦੇ ਭਾਗ 'ਚ ਆ ਗਏ, ਉਹ ਸਾਹਮਣੇ ਭਾਟੀਆ ਸਾਹਿਬ ਦਾ ਮਕਾਨ ਆ, ਮੈਨੂੰ ਲੱਗਦਾ ਉੱਥੋਂ ਵੀ ਨਾ ਕਿਤੇ ਇਹ ਪੋਲੀ ਧੱਸ ਗਈ ਹੋਏ ਜ਼ਮੀਨ, ਇਹ ਤਾਂ ਹੁਣ ਉੱਪਰ ਢੱਕਿਆ ਦਾ ਵਾ, ਅਤੇ ਹਜੇ ਤੱਕ ਪਤਾ ਨਹੀਂ ਆ ਜਿੱਦਾਂ ਹੁਣ ਡਿੱਗੀ ਹੈ ਤਾਂ ਸਮਝ ਲੱਗਣ ਡੀ ਹੈ ਕਿ ਗਲੀ ਦੇ ਅੰਦਰ ਅੰਦਰ ਜਾਣ ਨਾਲ ਕਿੰਨਾ ਕੁ ਪੁੱਲ ਨਿਕਲਦਾ, ਕਿੰਨੀ ਕੁ ਧੱਸੀ ਨਿਕਲਦੀ ਹੈ। ਤਸਵੀਰ ਜ਼ਰੂਰ ਇੱਕ ਵਾਰੀ ਸਾਂਝੀ ਕਰ ਲੈਂਦੇ ਹਾਂ ਕਿ ਤਸਵੀਰ ਦੇਖ ਲਵੋ ਕਿ ਪੁਰਾਤਨ ਸ਼ਹਿਰ ਹੈ, ਔਰ ਲੰਬਾਈ ਦਾ ਅੰਦਾਜ਼ਾ ਨਹੀਂ ਲੱਗ ਰਿਹਾ, ਨਾ ਹੀ ਚੌੜਾਈ ਦਾ ਅੰਦਾਜ਼ਾ ਲੱਗ ਰਿਹਾ ਕਿ ਕਿੰਨੀ ਕੁ ਧੱਸ ਗਈ ਹੈ ਜਾਂ ਕਿੰਨੀ ਹੋਰ ਧੱਸੇਗੀ, ਕਿਉਂਕਿ ਜ਼ਮੀਨ ਜਿਹੜੀ ਆ ਬੈਠ ਗਈ ਆ, ਔਰ ਇਸ ਦੇ ਉੱਪਰ ਇੱਕ ਮੰਦਿਰ ਹੈ ਔਰ ਨਾਲ ਘਰ ਨੇ, ਔਰ ਵੱਖੋ ਵੱਖ ਘਰਾਂ ਦੇ ਨਾਲ ਘਰ ਜੁੜੇ ਹੋਏ ਆ। ਦੇਖਣ ਵਾਲੀ ਗੱਲ ਆ ਕਿ ਕਦੋਂ ਪ੍ਰਸ਼ਾਸਨ ਆਏਗਾ ਔਰ ਕਦੋਂ ਪ੍ਰਸ਼ਾਸਨ ਜਾਗੇਗਾ ਅਤੇ ਇਹਨਾਂ ਦੀ ਜਾਨ ਨੂੰ ਸੇਫ ਕਰੇਗਾ। ਕੈਮਰਾਮੈਨ ਬੰਟੀ ਦੇ ਨਾਲ ਨਿਊਜ਼ 18 ਪੰਜਾਬ ਲਈ ਨਿਤਿਨ ਲੂਥਰਾ, ਬਟਾਲਾ।